ਆਓ ਪੰਜਾਬੀ ਪ੍ਰਚਾਰ ਦੇ ਪਿਆਰਿਓ ਦੋਸਤੋ, ਅੱਜ ਤੁਹਾਨੂੰ ਦਿਖਾਉਂਦੇ ਹਾਂ ਇੱਕ ਨਵੀਂ ਜ਼ਿੰਦਗੀ ਔਰ ਲੈ ਚੱਲਦੇ ਹਾਂ ਪਾਕਿਸਤਾਨ ਤੇ ਇੰਡੀਆ ਦੇ ਬਾਰਡਰ ਤੇ। ਜੇ ਤੁਹਾਨੂੰ ਵੀਡੀਓ ਚੰਗੀ ਨਾ ਲੱਗੇ ਤਾਂ ਥੱਲੇ ਕਮੈਂਟ ਦੇ ਵਿੱਚ ਖੁੱਲ੍ਹ ਕੇ ਦੱਸ ਦੇਣਾ ਜਨਾਬ, ਕਿਉਂਕਿ ਅਸੀਂ ਦਿਖਾਉਂਦੇ ਹਾਂ ਤੁਹਾਨੂੰ ਕੁਛ ਨਵਾਂ। ਲੋ ਹਜ਼ੂਰ ਪਹੁੰਚ ਗਏ ਆ ਪਿੰਡ ਡਗੋਰੀਆਂ ਸ਼ਰੀਫ, ਔਰ ਇਹ ਹੈ ਆਖਰੀ ਪਿੰਡ ਬਾਰਡਰ ਤੋਂ ਪਹਿਲੇ। ਡਗੋਰੀਆਂ ਪਿੰਡ ਪੈਂਦਾ ਮੰਡੀ ਸਾਧਕਗੰਜ ਦੇ ਨਾਲ, ਮੰਡੀ ਸਾਧਕਗੰਜ ਤਹਿਸੀਲ ਮਿੰਚਣਾਬਾਦ ਤੇ ਖੱਬੀ ਸਾਈਡ ਤੇ ਜਾਣਾ ਸਰ। ਇਹ ਹੈ ਡਗੋਰੀਆਂ ਪਿੰਡ, ਕਹਿਣ ਨੂੰ ਬਾਰਡਰ ਹੈ, ਬਾਰਡਰ ਤੇ ਵੀ ਪੱਕੇ ਘਰ ਬਣ ਚੁੱਕੇ ਨੇ, ਲੇਕਿਨ ਇਹਦੇ ਨਾਲ ਨਾਲ ਪੁਰਾਣੇ ਅਜੇ ਕੱਚੇ ਘਰ ਵੀ ਸਨ। ਜੀ ਇਹ ਹੈ ਬਾਰਡਰ ਦੇ ਇੱਕ ਪਿੰਡ ਦੀ ਖੂਬਸੂਰਤ ਗਲੀ। ਇਹ ਕਿਉਂ ਪੱਕੇ ਪਾ ਤੇ ਤੇ ਸਾਰਾ ਉਹਦਾ ਹੁਸਨ ਖਰਾਬ ਕਰ ਲੈਣ ਗਲੀ ਦਾ? ਇੱਥੇ ਖੰਭੇ ਦੇ ਅਧਰਲੀ ਸਾਈਡ ਤੇ ਫੌਜੀ ਇੱਕ ਦਿਨ ਰਾਤ ਨੂੰ ਤਾਂ ਨਹੀਂ ਹੁੰਦੇ, ਦਿਨ ਟਾਈਮ ਹੁੰਦੇ, ਉਹਨਾਂ ਦੀ ਦਿਨ ਰਾਤ ਦੀ ਡਿਊਟੀ ਹੈ। ਦਰਮਿਆਨ ਚਲੋ ਮੁਸ਼ਤਰਕਾ ਜ਼ਮੀਨ ਛੱਡੀ ਹੋਈ ਹੈ, ਬਿਲਕੁਲ ਮੁਸ਼ਤਰਕਾ ਨਹੀਂ, ਉਹ ਮੁਸ਼ਤਰਕਾ ਨਹੀਂ, ਉਹ ਇੰਡੀਆ ਦੀ ਆ ਸੀਟ ਹੈ ਨਾ ਜੀ, ਇਹ ਪਿਲਰ ਖੜਾ ਹੈ, ਹਾਂਜੀ, ਉਰਲੀ ਸਾਈਡ ਤੇ ਪਾਕਿਸਤਾਨ ਜੀ, ਪਰਲੀ ਸਾਈਡ ਤੇ ਇੰਡੀਆ, ਸਹੀ, ਇਹਦਾ ਸੈਂਟਰ ਜਿਹੜਾ ਹੈ ਹਾਂਜੀ ਰਾਜਸਥਾਨ ਗੰਗਾਨਗਰ ਲੇਕਿਨ ਇਥੋਂ ਅਗਰ ਆਪਾਂ ਰਾਈਟ ਸਾਈਡ ਤੇ ਜਾਈਏ ਜੀ ਤਾਂ 5-7 ਮਸ਼ਹੂਰ ਬਾਰਡਰ ਉਹ ਇਥੋਂ ਕਰੀਬ ਤਰੀਨ ਹੈ। ਬਾਕੀ ਪਿੰਡਾਂ ਦੇ ਵਿੱਚ ਇਹ ਹੈ ਕਿ ਪਿੰਡਾਂ ਦਾ ਇੱਕ ਰੁਕਨਪੁਰਾ ਹੈ ਇਸ ਤਰੀਕੇ ਦਾ, ਅੱਛਾ, ਉਹ ਹੈ ਅਸੀਂ ਥੋੜਾ ਜਿਹਾ ਇਸ ਤੋਂ ਅੱਗੇ ਜਾਈਏ ਸਾਡੇ ਦਿਨ ਲੈਂਦੇ ਹੋਏ ਸਾਈਡ ਤੇ ਤਕਰੀਬਨ ਕੋਈ 5-6 ਕਿਲੋਮੀਟਰ ਤੇ ਅੱਗੇ, ਮਤਲਬ ਡਿਸਟ੍ਰਿਕਟ ਜਿਹੜਾ ਹੈ ਉਹ ਗੰਗਾਨਗਰ ਹੈ ਔਰ ਜਿਹੜੀ ਉਹਨਾਂ ਦੀ ਸਟੇਟ ਹੈ ਜਾਂ ਸੂਬਾ ਹੈ ਉਹ ਰਾਜਸਥਾਨ ਹੈ। ਰਾਜਸਥਾਨ, ਠੀਕ ਹੈ। ਤੇ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਉਰਲੀ ਸਾਈਡ ਤੇ ਸਾਰਾ ਬਹਾਵਲ ਨਗਰ ਹੈ, ਬਹਾਵਲ ਨਗਰ ਦੀ ਲਾਈਨ ਜਿਹੜੀ ਹੈ ਨਾ ਗੰਗਾਨਗਰ ਦੀ ਗੰਗਾਨਗਰ ਦੀ ਸਾਹਮਣੇ, ਬਿਲਕੁਲ ਇੱਕ ਠੀਕ ਹੋ ਗਿਆ। ਅੱਛਾ ਵਟਸ
ਕਾਫੀ ਆਬਾਦੀ ਹੈ ਇਸ ਤਰੀਕੇ ਜਿਹੜੇ ਉਹ ਇਹਦੀ ਰਾਈਟ ਸਾਈਡ ਦੇ ਪਿੰਡ ਨਜ਼ਰ ਆਉਂਦਾ ਪਿਆ ਉਹ ਵੀ ਵੇਖੋ ਜਿਸ ਦਾ ਵੀ ਮਤਲਬ ਬੜੀ ਆਬਾਦੀ ਦਾ ਪਿੰਡ ਹੈ ਬਿਲਕੁਲ ਇਹਨਾਂ ਕਈਆਂ ਟਾਵਰ ਸਾਰੇ ਆਪਦੇ ਪਾਰ ਲੱਗਦੇ ਅਸੀਂ ਕਿੰਨੀ ਹਾਈਟ ਤੇ ਖੜੇ ਆ 100 ਫੁੱਟ ਤੇ ਤਕਰੀਬਨ ਖੜੇ ਆ ਪਾਣੀ 100 ਫੁੱਟ ਤੋਂ ਵੀ ਜ਼ਿਆਦਾ ਹੀ ਹੈ ਕੁਝ ਜੀ ਅਸੀਂ ਖੜੇ ਆ ਜਿਵੇਂ ਤੁਸੀਂ ਸੁਣ ਰਹੇ ਹੋ ਤਕਰੀਬਨ ਹੈ 100 ਫੁੱਟ ਹਾਈਟ ਤੇ ਅਸੀਂ ਖੜੇ ਜੀ ਇੱਥੇ ਫਿਰ ਤੇਜ਼ ਹਵਾ ਜਦੋਂ ਗੁਲਦੀ ਤੇ ਬਾਰਿਸ਼ ਤੇ ਆਂਧੀ ਹੈ ਫਿਰ ਸਾਹਮਣੇ ਕੋ ਬਾਗ ਹੈ ਹਾਂ ਜ਼ਹਿਰੀ ਗੱਲ ਹੈ ਫਿਰ ਆਬਾਦੀ ਜੀ ਆ ਜਾਓ ਜੀ ਚੱਲੀਏ